इन्हां तस्वीरां विच तुसी साफ वेख सकदे हो कि एक नौजवान अपने मोटरसाइकिल ते पैसियां नाल भरिया बैग ले जा रहा है कि सामने तो अचानक दो नकाबपोश मोटरसाइकिल ते आउंदे ने ते नौजवान नूं जबरदस्ती रोकदे ने ते फिर पिस्तौल विखा के करीब 10 लाख रुपए नाल भरिया बैग लुट के फरार हो जांदे ने। ਇਹ ਘਟਨਾ ਬਠਿੰਡਾ ਦੇ ਰਾਮਪੁਰਾ ਫੂਲ ਦੀ ਦੱਸੀ ਜਾ ਰਹੀ ਹੈ ਤੇ ਉਹ ਨੌਜਵਾਨ ਰੇਡੀਅੰਟ ਮੈਨੇਜਮੈਂਟ ਕੰਪਨੀ ਵਿੱਚ ਕੰਮ ਕਰਦਾ ਜੋ ਪੈਟਰੋਲ ਪੰਪਾਂ ਤੋਂ ਕੈਸ਼ ਲੈ ਕੇ ਬੈਂਕ 'ਚ ਜਮ੍ਹਾਂ ਕਰਵਾਉਂਦੀ ਹੈ। ਉਸ ਦਿਨ ਵੀ ਨੌਜਵਾਨ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੋਂ ਕੈਸ਼ ਲੈ ਕੇ ਜਾ ਰਿਹਾ ਸੀ ਤੇ ਇਹ ਘਟਨਾ ਵਾਪਰ ਗਈ ਪਰ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਮੈਂ ਰੇਡੀਅੰਟ ਕੈਸ਼ ਮੈਨੇਜਮੈਂਟ ਸਰਵਿਸ ਵੱਲੋਂ ਉੱਥੇ ਕੈਸ਼ ਦਾ ਕੰਮ ਕਰਦੀ ਸੀ। ਸਾਨੂੰ ਹੋ ਗਿਆ 8-10 ਸਾਲ ਕੰਮ ਕਰਦੇ ਨੂੰ ਅਤੇ ਅੱਜ ਮੈਂ ਇੱਥੋਂ ਕੈਸ਼ ਲੈ ਕੇ ਆ ਰਿਹਾ ਸੀਗਾ ਜੀ ਇੱਥੋਂ ਸੜਕ ਪੰਪ ਤੋਂ ਰਿਲਾਇੰਸ ਪੰਪ ਤੋਂ। ਠੀਕ ਹੈ ਜੀ। ਅਤੇ ਇਸ ਕਾਰਨ ਮੈਨੂੰ ਰੋਕ ਲੈ ਗਿਆ ਨਾ ਜੀ। ਪਹਿਲਾਂ ਕੱਟ ਖੋਦੇ ਸੀਗੇ ਜੀ ਇੱਥੋਂ ਕੱਟ ਕਹਿੰਦੇ ਖੋ ਨਹੀਂ ਸੀਗੇ ਫਿਰ ਉਹਨਾਂ ਦੇ ਨਾਲ ਹੀ ਰੋਕ ਕੇ ਇਹਨਾਂ ਨੇ ਪਿਸਤੌਲ ਸੀਗਾ ਹਥਿਆਰ ਸੀ ਉਹਨਾਂ ਕੋਲ ਜੀ ਉਹਨਾਂ ਨੇ ਕੀ ਸੀ ਹਥਿਆਰ ਪਿਸਤੌਲ ਸੀਗਾ ਜੀ ਪਿਸਤੌਲ ਸੀਗਾ ਜੀ ਅਤੇ ਗੱਲ ਫਿਰ ਮੈਂ ਕੱਟ ਉਹਨਾਂ ਨੂੰ ਫੜਾ ਤੀ ਅਤੇ ਉਹ ਵਾਪਸ ਹੀ ਮੁੜ ਗਏ। ਹੈਲੋ ਫਿਰ ਇੱਥੇ ਆ ਕੇ ਅਸੀਂ ਇੱਥੇ ਆ ਇੱਕ ਮਾਈਟੀ ਆਈ ਇੱਥੇ ਕੈਮਰੇ ਦੇਖੇ ਇੱਥੇ ਬਸ ਤਾਂ ਆ ਗਏ ਇੱਕ ਦਾ ਹੈਲਮਟ ਪਾਇਆ ਹੋਇਆ ਸੀਗਾ ਜੀ ਇੱਕ ਦਾ ਮੂੰਹ ਬੰਨਿਆ ਹੋਇਆ ਸੀਗਾ ਪਿਛਲਾ ਅਤੇ ਕਾਲੇ ਕਲਰ ਦਾ ਮੋਟਰਸਾਈਕਲ ਸੀਗਾ ਜੀ ਸ਼ਾਇਦ ਪਲਸਰ ਸੀਗਾ ਜੀ। ਪੇਮੈਂਟ ਤੁਸੀਂ ਕਿੱਥੇ ਲਿਜਾ ਰਹੇ ਸੀ? ਬੈਂਕ 'ਚ ਜੀ ਬੈਂਕ 'ਚ ਬੈਂਕ ਆਫ ਇੰਡੀਆ 'ਚ ਪੇਮੈਂਟ ਹੁੰਦੀ ਆ ਰੋਜ਼। ਉੱਥੇ ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ 'ਚ ਲੱਗ ਗਈ ਹੈ ਪਰ ਦਿਨ ਪਰ ਦਿਨ ਚੋਰ ਬਦਮਾਸ਼ਾਂ ਦੇ ਹੌਸਲੇ ਵੱਧਦੇ ਜਾ ਰਹੇ ਨੇ ਤੇ ਸੂਬੇ ਵਿੱਚ ਲੋਕਾਂ ਦਾ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਰਿਹਾ। ਬਠਿੰਡਾ ਤੋਂ ਉਮੇਸ਼ ਸਿੰਗਲਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਾਲ ਕਰੋ 93978 93978।